ਹੈਲੋ ਗੇਮ ਚੇਂਜਰਸ, ਕੀ ਹਾਲ ਚਾਲ ਹੈ ਤੁਹਾਡਾ ਸਭ ਦਾ? CBSE 12ਵੀਂ ਦੇ ਰਿਜ਼ਲਟਸ ਆ ਚੁੱਕੇ ਹਨ ਤੇ ਜਿਨ੍ਹਾਂ ਬੋਰਡਸ ਦੇ ਰਿਜ਼ਲਟ ਹਜੇ ਨਹੀਂ ਆਏ ਉਹ ਵੀ ਛੇਤੀ ਹੀ ਆ ਜਾਣਗੇ। ਇਸ ਲਈ ਸਭ ਤੋਂ ਪਹਿਲਾਂ ਜਿਨ੍ਹਾਂ ਸਟੂਡੈਂਟਸ ਨੇ ਇਹਨਾਂ ਐਗਜ਼ਾਮਸ ਵਿੱਚ ਵਧੀਆ ਗ੍ਰੇਡਸ ਅਚੀਵ ਕੀਤੇ ਉਹਨਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਬਟ ਜ਼ਿਆਦਾ ਗਿਣਤੀ ਉਹਨਾਂ ਸਟੂਡੈਂਟਸ ਦੀ ਹੋਊਗੀ ਜਿਨ੍ਹਾਂ ਦੇ ਇਹਨਾਂ ਐਗਜ਼ਾਮਸ ਵਿੱਚ ਠੀਕ ਠਾਕ ਨੰਬਰ ਹੀ ਆਏ ਹੋਣਗੇ ਜਾਂ ਫਿਰ ਉਹਨਾਂ ਦਾ ਮਸਾ ਮਸਾ ਹੀ ਨਾਕਾ ਲੱਗਿਆ ਹੋਊਗਾ। ਐਸੇ ਮੌਕੇ ਤੇ ਇਹ ਸਵਾਲ ਮਾਈਂਡ ਵਿੱਚ ਆਉਣਾ ਜ਼ਰੂਰੀ ਹੈ ਕਿ ਜਿਨ੍ਹਾਂ ਦੇ ਇਹਨਾਂ ਐਗਜ਼ਾਮਸ ਵਿੱਚ ਵਧੀਆ ਗ੍ਰੇਡਸ ਨਹੀਂ ਆਏ, ਇਸ ਰਿਜ਼ਲਟ ਦਾ ਉਹਨਾਂ ਦੇ ਫਿਊਚਰ ਤੇ ਕਿਸ ਤਰ੍ਹਾਂ ਇਫੈਕਟ ਪਊਗਾ? ਕਿ ਜਿਨ੍ਹਾਂ ਨੇ ਬੋਰਡ ਐਗਜ਼ਾਮ ਵਿੱਚ ਵਧੀਆ ਰਿਜ਼ਲਟਸ ਅਚੀਵ ਕੀਤੇ ਸਿਰਫ ਉਹਨਾਂ ਨੂੰ ਹੀ ਅੱਗੇ ਚੱਲ ਕੇ ਵਧੀਆ ਓਪਰਚੁਨਿਟੀਜ਼ ਮਿਲਣਗੀਆਂ ਤੇ ਜਿਨ੍ਹਾਂ ਦੇ ਇਹਨਾਂ ਐਗਜ਼ਾਮ ਵਿੱਚ ਘੱਟ ਨੰਬਰ ਆਏ ਕੀ ਉਹ ਲਾਈਫ ਵਿੱਚ ਪਿੱਛੇ ਰਹਿ ਜਾਣਗੇ? ਅੱਜ ਇਸੇ ਟੌਪਿਕ ਤੇ ਹੀ ਖੁੱਲ੍ਹ ਕੇ ਗੱਲ ਕਰਾਂਗੇ। ਇਹ ਵੀਡੀਓ ਹਰ ਉਸ ਪਰਸਨ ਲਈ ਇੰਪੋਰਟੈਂਟ ਹੋਣ ਵਾਲਾ ਹੈ ਜੋ ਸਕੂਲ ਜਾਂ ਕਾਲਜ ਵਿੱਚ ਸਟੂਡੈਂਟ ਹੈ ਜਾਂ ਫਿਰ ਉਹਨਾਂ ਦੇ ਬੱਚੇ ਜਾਂ ਭੈਣ ਭਰਾ ਕਿਸੇ ਚੀਜ਼ ਦੀ ਪੜ੍ਹਾਈ ਕਰ ਰਹੇ ਹਨ। ਜੇ ਵੀਡੀਓ ਦਾ ਟੌਪਿਕ ਤੁਹਾਨੂੰ ਪਸੰਦ ਆਇਆ ਤਾਂ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਬਟਨ ਤੇ ਕਲਿੱਕ ਜ਼ਰੂਰ ਕਰ ਦਿਓ। ਹਰ ਸਾਲ ਇਹ ਦੇਖਣ ਨੂੰ ਮਿਲਦਾ ਹੈ ਕਿ ਜਿਨ੍ਹਾਂ ਸਟੂਡੈਂਟਸ ਦੇ ਐਗਜ਼ਾਮ ਵਿੱਚ ਘੱਟ ਨੰਬਰ ਆਉਂਦੇ ਹੈ ਉਹ ਆਪਣੇ ਆਪ ਨੂੰ ਦੂਸਰੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਹੈ। ਮੇਰੇ ਦੋਸਤ ਦੇ ਮੇਰੇ ਨਾਲ ਵੱਧ ਨੰਬਰ ਆ ਗਏ, ਹੁਣ ਉਹ ਤਾਂ ਸਕਸੈਸਫੁਲ ਹੋ ਜਾਊਗਾ ਬਟ ਮੇਰੇ ਨੰਬਰ ਘੱਟ ਆਇਆ, ਮੈਂ ਲਾਈਫ ਵਿੱਚ ਪਿੱਛੇ ਰਹਿ ਜਾਊਂਗਾ, ਮੈਨੂੰ ਲਾਈਫ ਵਿੱਚ ਕੋਈ ਢੰਗ ਦੀ ਜੌਬ ਨਹੀਂ ਮਿਲੂਗੀ ਤੇ ਇਸ ਤਰ੍ਹਾਂ ਦੇ ਕਈ ਖਿਆਲ ਉਹਨਾਂ ਦੇ ਮਨ ਵਿੱਚ ਆਉਂਦੇ ਰਹਿੰਦੇ ਹਨ। ਇਸ ਲਈ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਇਹੀ ਐਡਵਾਈਸ ਹੈ ਕਿ ਤੁਸੀਂ ਆਪਣੇ ਆਪ ਨੂੰ ਦੂਸਰਿਆਂ ਨਾਲ ਕੰਪੇਅਰ ਕਰਨਾ ਬੰਦ ਕਰ ਦਿਓ, ਕਿਉਂਕਿ ਇਸ ਤਰ੍ਹਾਂ ਦੇ ਕੰਪੈਰੀਜ਼ਨ ਦਾ ਤੁਹਾਡੇ ਮਾਈਂਡਸੈਟ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਹਾਲਾਂਕਿ ਇਸ ਵਿੱਚ ਬੱਚਿਆਂ ਤੋਂ ਜ਼ਿਆਦਾ ਗਲਤੀ ਸਕੂਲ ਸਿਸਟਮ ਦੀ ਹੈ। ਸਕੂਲ ਵਿੱਚ ਵਧੀਆ ਗ੍ਰੇਡਸ ਲਿਆਉਣਾ ਇੱਕ ਚੰਗੀ ਗੱਲ ਹੈ ਬਟ ਸਕੂਲਸ ਤਾਂ ਇਸ ਤਰ੍ਹਾਂ ਟ੍ਰੀਟ ਕਰਦੇ ਹੈ ਕਿ ਜਿੱਦਾਂ ਸਕੂਲ ਵਿੱਚ ਵਧੀਆ ਨੰਬਰ ਲਿਆਉਣਾ ਲਾਈਫ ਵਿੱਚ ਸਕਸੈਸ ਹੋਣ ਦੀ ਗਰੰਟੀ ਦੇ ਦਿੰਦਾ ਹੈ ਤੇ ਜਿਹੜੇ ਬੱਚੇ ਸਕੂਲ ਵਿੱਚ ਫੇਲ ਉਹ ਲਾਈਫ ਵਿੱਚ ਵੀ ਫੇਲ। ਜੇ ਤੁਸੀਂ ਸਕੂਲ ਸਿਸਟਮ ਤੇ ਅਪਲੋਡ ਸਾਡਾ ਇਹ ਸ਼ਾਨਦਾਰ ਵੀਡੀਓ ਨਹੀਂ ਦੇਖਿਆ ਤਾਂ ਆਈ ਬਟਨ ਤੇ ਜਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਵੀਡੀਓ ਨੂੰ ਜ਼ਰੂਰ ਦੇਖਿਓ। ਅਸੀਂ ਅੱਜ ਦੀ ਅੱਜ ਇਸ ਸਿਸਟਮ ਨੂੰ ਤਾਂ ਨਹੀਂ ਚੇਂਜ ਕਰ ਸਕਦੇ ਬਟ ਘੱਟੋ ਘੱਟ ਅਸੀਂ ਆਪਣੀ ਥਿੰਕਿੰਗ ਨੂੰ ਤਾਂ ਬਦਲ ਹੀ ਸਕਦੇ ਹਾਂ। ਤੁਸੀਂ ਅੱਜ ਜੋ ਵੀ ਕਰ ਰਹੇ ਹੋ ਜਾਂ ਅੱਗੇ ਚੱਲ ਕੇ ਲਾਈਫ ਵਿੱਚ ਜੋ ਵੀ ਕਰੋਗੇ ਉਹ ਸਭ ਤੁਹਾਡੀ ਸੋਚ ਤੇ ਤੁਹਾਡੇ ਮਾਈਂਡਸੈਟ ਤੇ ਹੀ ਡਿਪੈਂਡ ਕਰਦਾ ਹੈ। ਯੂ ਆਰ ਨਾਟ ਯੂਅਰ ਬਾਡੀ, ਯੂ ਆਰ ਯੂਅਰ ਮਾਈਂਡ ਐਂਡ ਯੂਅਰ ਮਾਈਂਡ ਕ੍ਰੀਏਟ ਯੂਅਰ ਲਾਈਫ। ਜੇ ਤੁਸੀਂ ਅੱਜ ਤੋਂ ਹੀ ਇਹ ਸੋਚ ਲੈ ਕੇ ਬੈਠ ਜਾਓਗੇ ਕਿ ਮੇਰਾ ਤਾਂ ਹੁਣ ਕੁਝ ਨਹੀਂ ਹੋ ਸਕਦਾ, ਫਿਰ ਭਾਵੇਂ ਲਾਈਫ ਵਿੱਚ ਤੁਹਾਨੂੰ ਕਿੰਨੇ ਹੀ ਮੌਕੇ ਮਿਲ ਜਾਣ, ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਪਾਓਗੇ। ਆਪਣੀ ਸਕੂਲ ਲਾਈਫ ਵਿੱਚ ਮੇਰੀ ਵੀ ਬਿਲਕੁਲ ਇਹੀ ਸੋਚ ਸੀ ਬਟ ਇਹ ਸੋਚ ਉਦੋਂ ਚੇਂਜ ਹੋਣੀ ਸ਼ੁਰੂ ਹੋਈ ਜਦੋਂ ਮੈਂ ਕਾਮਯਾਬ ਲੋਕਾਂ ਬਾਰੇ ਪੜ੍ਹਨਾ ਤੇ ਉਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ। ਇਹ ਉਹ ਲੋਕ ਹਨ ਜਿਨ੍ਹਾਂ ਨੇ ਬਿਨਾਂ ਕਿਸੇ ਫਾਰਮਲ ਐਜੂਕੇਸ਼ਨ ਤੋਂ ਆਪਣੀ ਲਾਈਫ ਵਿੱਚ ਚਮਤਕਾਰੀ ਸਕਸੈਸ ਅਚੀਵ ਕੀਤੀ ਹੈ। ਬਿਲ ਗੇਟਸ, ਸਟੀਵ ਜੌਬਸ, ਮਾਰਕ ਚੁਕਰਬਰਗ, ਧੀਰੂ ਭਾਈ ਅੰਬਾਨੀ ਅਤੇ ਜੈਕ ਮਾ, ਇਹਨਾਂ 'ਚੋਂ ਕੋਈ ਵੀ ਚੰਗੀ ਤਰ੍ਹਾਂ ਪੜ੍ਹਿਆ ਲਿਖਿਆ ਨਹੀਂ ਹੈ ਬਟ ਅੱਜ ਇਹਨਾਂ ਲੋਕਾਂ ਕੋਲ ਇੰਨੀ ਦੌਲਤ ਹੈ ਜਿੰਨੀ ਜ਼ਿਆਦਾਤਰ ਦੇਸ਼ਾਂ ਦੀ ਸਰਕਾਰਾਂ ਕੋਲ ਵੀ ਨਹੀਂ ਹੈ। ਇਹ ਸਭ ਸਿਰਫ ਇਸ ਲਈ ਹੋ ਪਾਇਆ ਕਿਉਂਕਿ ਇਹਨਾਂ ਕੋਲ ਲਾਈਫ ਵਿੱਚ ਇੱਕ ਪਰਪਸ ਸੀ, ਇੱਕ ਵਿਨਰਸ ਵਾਲਾ ਮਾਈਂਡਸੈਟ ਸੀ। ਕਾਮਯਾਬ ਲੋਕ ਕਿਸ ਤਰ੍ਹਾਂ ਸੋਚਦੇ ਹਨ ਇਹ ਸਭ ਜਾਣਨ ਲਈ ਤੁਸੀਂ ਸਾਡਾ, ਇਸ ਤੋਂ ਇਲਾਵਾ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਜੇ ਤੁਹਾਡੇ ਬੋਰਡ ਐਗਜ਼ਾਮ ਵਿੱਚ ਘੱਟ ਨੰਬਰ ਆਏ ਹਨ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਆਉਣ ਵਾਲੇ 10-12 ਸਾਲਾਂ ਬਾਅਦ ਤੁਹਾਨੂੰ ਇਹ ਕੋਈ ਨਹੀਂ ਪੁੱਛੂਗਾ ਕਿ ਤੁਹਾਡੇ 10ਵੀਂ 12ਵੀਂ ਵਿੱਚ ਕਿੰਨੇ ਪਰਸੈਂਟ ਆਏ ਸੀ। ਉਸ ਟਾਈਮ ਤੇ ਕਿਸੇ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਊਗਾ। ਉਸ ਟਾਈਮ ਫਰਕ ਪਊਗਾ ਤਾਂ ਸਿਰਫ ਇਸ ਗੱਲ ਨਾਲ ਕਿ ਤੁਸੀਂ ਕੰਮ ਕੀ ਕਰ ਰਹੇ ਹੋ ਤੇ ਤੁਹਾਡੇ ਵਿੱਚ ਆਪਣੇ ਕੰਮ ਦੀਆਂ ਸਕਿੱਲ ਕਿੰਨੀਆਂ ਹਨ। ਅੱਜ ਤੁਹਾਨੂੰ ਇਹ ਜ਼ਰੂਰ ਲੱਗ ਰਿਹਾ ਹੋਊਗਾ ਕਿ ਮੇਰੇ ਮਾਰਕਸ ਘੱਟ ਆਏ ਹੈ, ਮੈਂ ਲਾਈਫ ਵਿੱਚ ਪਿੱਛੇ ਰਹਿ ਜਾਊਂਗਾ, ਬਟ ਮੇਰੀ ਗੱਲ ਦਾ ਵਿਸ਼ਵਾਸ ਕਰੋ, ਇਸ ਰਿਜ਼ਲਟ ਦਾ ਤੁਹਾਡੀ ਸਕਸੈਸ ਤੇ ਕੋਈ ਫਰਕ ਨਹੀਂ ਪੈਣ ਵਾਲਾ। ਬਸ ਅੱਜ ਤੋਂ ਹੀ ਆਪਣਾ ਫੋਕਸ ਗ੍ਰੇਡਸ ਦੀ ਤਾਂ ਸਕਿੱਲਸ ਬਿਲਡ ਕਰਨ ਤੇ ਸ਼ਿਫਟ ਕਰ ਦਿਓ। ਤੁਹਾਡੇ ਕੋਲ ਜਿੰਨੀਆਂ ਜ਼ਿਆਦਾ ਸਕਿੱਲਸ ਹੋਣਗੀਆਂ ਤੁਸੀਂ ਆਪਣੇ ਕੰਮ ਵਿੱਚ ਜਿੰਨੇ ਵੱਡੇ ਐਕਸਪਰਟ ਹੋਵੋਗੇ ਉਨੀ ਹੀ ਵੱਡੀ ਸਕਸੈਸ ਤੁਸੀਂ ਲਾਈਫ ਵਿੱਚ ਅਚੀਵ ਕਰੋਗੇ। ਇਸ ਗੱਲ ਨੂੰ ਇੱਕ ਨੋਰਮਲ ਜਿਹੇ ਐਗਜ਼ਾਮਪਲ ਨਾਲ ਸਮਝਦੇ ਹਾਂ। ਮੰਨ ਲਓ ਤੁਸੀਂ ਆਪਣਾ ਇਲਾਜ ਕਰਾਉਣ ਲਈ ਕਿਸੇ ਡਾਕਟਰ ਕੋਲ ਜਾਣਾ ਹੈ ਤਾਂ ਤੁਸੀਂ 2 ਡਾਕਟਰਾਂ ਵਿੱਚੋਂ ਕਿਹੜੇ ਨੂੰ ਸਿਲੈਕਟ ਕਰੋਗੇ? ਜਿਹੜਾ ਆਪਣੇ ਕੰਮ ਵਿੱਚ ਪੂਰਾ ਐਕਸਪਰਟ ਹੈ, ਜਿਹੜਾ ਮਰੀਜ਼ ਦੀ ਨਬਜ਼ ਫੜ ਕੇ ਹੀ ਦੱਸ ਦਿੰਦਾ ਹੈ ਕਿ ਇਸਨੂੰ ਕਿਹੜੀ ਬਿਮਾਰੀ ਹੈ ਤੇ ਥੋੜ੍ਹੇ ਜਿਹੇ ਟ੍ਰੀਟਮੈਂਟ ਨਾਲ ਹੀ ਉਸਨੂੰ ਠੀਕ ਕਰ ਦਿੰਦਾ ਹੈ, ਜਾਂ ਫਿਰ ਉਸ ਡਾਕਟਰ ਕੋਲ ਜਾਓਗੇ ਜਿਸ ਨੇ ਰੱਟੇ ਲਾ ਕੇ ਡਿਗਰੀ ਤਾਂ ਲੈ ਲਈ, ਜਿਸ ਦੇ 10ਵੀਂ 12ਵੀਂ ਵਿੱਚ ਪਰਸੈਂਟੇਜ ਤਾਂ ਬਹੁਤ ਵਧੀਆ ਆਏ ਹਨ ਬਟ ਜਿਸ ਦੀ ਦਵਾਈ ਨਾਲ ਮਰੀਜ਼ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਅੱਛਾ ਚਲੋ ਇਹ ਦੱਸੋ ਕਿ ਕ੍ਰਿਕਟ ਟੀਮ ਵਿੱਚ ਕਿਹੜੇ ਪਲੇਅਰ ਨੂੰ ਸਿਲੈਕਟ ਕੀਤਾ ਜਾਂਦਾ ਹੈ ਜੋ ਬਹੁਤ ਵਧੀਆ ਖੇਡ ਰਿਹਾ ਹੁੰਦਾ ਹੈ, ਬਹੁਤ ਸ਼ਾਨਦਾਰ ਫੋਰਮ ਵਿੱਚ ਹੁੰਦਾ ਹੈ, ਜਾਂ ਫਿਰ ਜਿਹਦੇ 10ਵੀਂ 12ਵੀਂ ਵਿੱਚ ਵਧੀਆ ਪਰਸੈਂਟ ਆਏ ਹੁੰਦੇ ਆ ਉਸ ਨੂੰ? ਤੁਸੀਂ ਕਿਹੜੇ ਸਿੰਗਰ ਦੇ ਗਾਣੇ ਸੁਣਨਾ ਪਸੰਦ ਕਰਦੇ ਹੋ, ਜਿਹਦੇ ਗਾਣੇ ਤੁਹਾਨੂੰ ਵਧੀਆ ਲੱਗਦੇ ਆ ਉਸ ਦੇ, ਜਾਂ ਫਿਰ ਜਿਹਦੇ 10ਵੀਂ 12ਵੀਂ ਵਿੱਚ ਵਧੀਆ ਪਰਸੈਂਟ ਆਏ ਸੀ ਉਸ ਦੇ? ਹੁਣ ਤੁਸੀਂ ਮੇਰੇ ਇਸ ਵੀਡੀਓ ਨੂੰ ਕਿਸ ਲਈ ਦੇਖ ਰਹੇ ਹੋ? ਇਸ ਲਈ ਕਿਉਂਕਿ ਤੁਹਾਨੂੰ ਇਸ ਵਿੱਚੋਂ ਕੋਈ ਵੈਲਿਊ ਮਿਲ ਰਹੀ ਹੈ, ਵੀਡੀਓ ਵਧੀਆ ਲੱਗ ਰਿਹਾ ਹੈ, ਜਾਂ ਫਿਰ ਇਸ ਲਈ ਦੇਖ ਰਹੇ ਹੋ ਕਿਉਂਕਿ ਮੇਰੇ 10ਵੀਂ 12ਵੀਂ ਵਿੱਚ ਠੀਕ ਠਾਕ ਨੰਬਰ ਆ ਗਏ ਸੀ ਤਾਂ? ਚਲੋ ਯਾਰ, ਜੇ ਵੀਡੀਓ ਵਧੀਆ ਲੱਗ ਹੀ ਰਿਹਾ ਹੈ ਤਾਂ ਫਿਰ ਲਾਈਕ ਬਟਨ ਤੇ ਕਲਿੱਕ। ਟਾਈਮਸ ਆਫ ਇੰਡੀਆ ਦੀ ਇੱਕ ਰਿਪੋਰਟ ਦੇ
ਇਹ ਗੱਲ ਤਾਂ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਦੇਸ਼ ਵਿੱਚ ਡਿਗਰੀਆਂ ਡਿਪਲੋਮੇ ਕਿਵੇਂ ਹੁੰਦੇ ਹਨ। ਬੰਦਾ ਬੈਠਾ ਕਿਤੇ ਹੋਰ ਹੁੰਦਾ ਹੈ ਤੇ ਉਹਦੀ ਅਟੈਂਡੈਂਸ ਕਿਤੇ ਹੋਰ ਲੱਗ ਰਹੀ ਹੁੰਦੀ ਹੈ। ਤੇ ਜੇ ਇਸ ਗੱਲ ਦਾ ਪਤਾ ਤੁਹਾਨੂੰ ਤੇ ਮੈਨੂੰ ਹੈ ਤਾਂ ਜਿਹੜੀਆਂ ਕੰਪਨੀਆਂ ਇਸ ਦੇਸ਼ ਵਿੱਚ ਅਰਬਾਂ ਖਰਬਾਂ ਰੁਪਏ ਦੇ ਇੰਪਾਇਰ ਚਲਾ ਰਹੀਆਂ ਹਨ, ਜਿਹੜੀਆਂ ਇਹਨਾਂ ਲੋਕਾਂ ਨੂੰ ਹਾਇਰ ਕਰਕੇ ਲੱਖਾਂ ਲੱਖਾਂ ਰੁਪਏ ਦੇ ਪੈਕੇਜ ਦੇ ਰਹੀਆਂ ਹਨ, ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਉਹ ਸਿਰਫ ਉਸੇ ਬੰਦੇ ਨੂੰ ਹੀ ਮੌਕਾ ਦੇਣਗੀਆਂ ਜੋ ਕੁਝ ਕਰਨ ਜੋਗਾ ਹੋਊਗਾ, ਜਿਸ ਨੂੰ ਕੁਝ ਆਉਂਦਾ ਹੋਊਗਾ। ਤੇ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਕਾਮਯਾਬ ਹੋਣ ਲਈ ਸਕਿੱਲਸ ਕਿਵੇਂ ਬਿਲਡ ਕਰ ਸਕਦੇ ਹੋ। ਇਸ ਦੁਨੀਆ ਵਿੱਚ ਸਕਿੱਲ ਸਿੱਖਣ ਦਾ ਸਭ ਤੋਂ ਸੌਖਾ ਤਰੀਕਾ ਕੀ ਹੈ? ਤਾਂ ਇਸ ਗੱਲ ਦਾ ਜਵਾਬ ਤੁਹਾਨੂੰ ਮੇਰੇ ਤੋਂ ਜਾਂ ਕਿਸੇ ਹੋਰ ਤੋਂ ਪੁੱਛਣ ਦੀ ਲੋੜ ਨਹੀਂ ਹੈ, ਇਹ ਤਾਂ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ। ਬਸ ਤੁਹਾਨੂੰ ਆਪਣੇ ਆਪ ਨੂੰ ਐਨਾਲਾਈਜ਼ ਕਰਨ ਦੀ ਲੋੜ ਹੈ। ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ, ਤੁਹਾਡਾ ਇੰਟਰਸਟ ਕਿਸ ਚੀਜ਼ ਵਿੱਚ ਹੈ। ਅੱਜ ਉਹ ਦੌਰ ਨਹੀਂ ਹੈ ਜਦੋਂ ਡਾਕਟਰ, ਇੰਜੀਨੀਅਰ, ਕਲਰਕ ਤੇ ਟੀਚਰ ਬਸ ਇੰਨੀਆਂ ਕੀ ਫੀਲਡ ਹੁੰਦੀਆਂ ਸਨ। ਅੱਜ ਦੇ ਟਾਈਮ ਬੰਦਾ ਕਿਸੇ ਵੀ ਫੀਲਡ ਵਿੱਚ ਕਰੀਅਰ ਬਣਾ ਕੇ ਕਾਮਯਾਬ ਹੋ ਸਕਦਾ ਹੈ। ਜਦੋਂ ਤੁਸੀਂ ਆਪਣੇ ਇੰਟਰਸਟ ਦੀ ਫੀਲਡ ਵਿੱਚ ਕੰਮ ਕਰੋਗੇ ਤਾਂ ਤੁਹਾਨੂੰ ਕੰਮ ਨਹੀਂ ਇੰਟਰਟੇਨਮੈਂਟ ਲੱਗੂਗਾ, ਇੱਕ ਖੇਡ ਲੱਗੂਗਾ, ਤੇ ਫਿਰ ਤੁਸੀਂ ਜਿੰਨਾ ਚਿਰ ਚਾਹੋਗੇ ਕੰਮ ਕਰ ਸਕੋਗੇ। ਇਲੋਨ ਮਸਕ ਅੱਜ ਦੇ ਟਾਈਮ ਦੁਨੀਆ ਦੇ ਸਭ ਤੋਂ ਬਿਜ਼ੀ ਪਰਸਨਸ ਵਿੱਚੋਂ ਇੱਕ ਹਨ। ਉਹ ਹਰ ਦਿਨ ਇੱਕ ਐਵਰੇਜ ਪਰਸਨ ਨਾਲੋਂ ਦੁੱਗਣੇ ਘੰਟੇ ਕੰਮ ਕਰਦੇ ਹਨ, ਉਹ ਵੀ ਬਿਨਾਂ ਸੈਟਰਡੇ ਸੰਡੇ ਦੀ ਛੁੱਟੀ ਦੇ, ਤੇ ਇਸ ਰਫਤਾਰ ਨਾਲ ਉਹ ਪਿਛਲੇ 15-20 ਸਾਲਾਂ ਤੋਂ ਕੰਮ ਕਰ ਰਹੇ ਹਨ। ਬਟ ਇਲੋਨ ਦਾ ਕਹਿਣਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਇੱਕ ਮਿੰਟ ਵੀ ਕੰਮ ਨਹੀਂ ਕੀਤਾ, ਮੈਂ ਤਾਂ ਬਸ ਉਹ ਕੰਮ ਕਰ ਰਿਹਾ ਹਾਂ ਜਿਸ ਵਿੱਚ ਮੈਨੂੰ ਮਜ਼ਾ ਆਉਂਦਾ ਹੈ, ਜਿਵੇਂ ਤੁਹਾਨੂੰ ਸਿਨੇਮਾ ਜਾ ਕੇ ਮੂਵੀ ਦੇਖਣ ਵਿੱਚ ਜਾਂ ਫਿਰ ਪਬਜੀ ਖੇਡਣ ਵਿੱਚ ਆਉਂਦਾ ਹੈ। ਇਸ ਲਈ ਜੇ ਤੁਸੀਂ ਲਾਈਫ ਵਿੱਚ ਕਾਮਯਾਬੀ ਪਾਉਣਾ ਚਾਹੁੰਦੇ ਹੋ, ਉਹ ਸਾਰੇ ਸੁਪਨੇ ਪੂਰਾ ਕਰਨਾ ਚਾਹੁੰਦੇ ਹੋ ਜੋ ਤੁਸੀਂ ਦੇਖੇ ਹੈ, ਤਾਂ ਫਿਰ ਕੰਮ ਕਰਨ ਲਈ ਉਹੀ ਫੀਲਡ ਚੁਣਿਓ ਜਿਸ ਵਿੱਚ ਤੁਹਾਡਾ ਇੰਟਰਸਟ ਹੈ, ਜਿਸ ਵਿੱਚ ਤੁਹਾਨੂੰ ਮਜ਼ਾ ਆਉਂਦਾ ਹੈ। ਸਕਿੱਲਸ ਤਾਂ ਪ੍ਰੈਕਟਿਸ ਦੇ ਨਾਲ ਆਪੇ ਹੀ ਬਿਲਡ ਹੁੰਦੀਆਂ। ਜੇ ਤੁਹਾਨੂੰ ਕਰੀਅਰ ਚੁਣਨ ਵਿੱਚ ਹਜੇ ਵੀ ਕਨਫਿਊਜ਼ਨ ਹੋ ਰਿਹਾ ਹੈ, ਤਾਂ ਇਸ ਵੀਡੀਓ ਨੂੰ ਚੰਗਾ ਰਿਸਪੌਂਸ ਮਿਲਣ 'ਤੇ ਮੈਂ ਅਗਲੇ ਕਿਸੇ ਵੀਡੀਓ ਵਿੱਚ ਤੁਹਾਡੇ ਨਾਲ ਇੱਕ ਇੱਦਾਂ ਦਾ ਤਰੀਕਾ ਸ਼ੇਅਰ ਕਰੂੰਗਾ ਜਿਸ ਨਾਲ ਤੁਹਾਡਾ ਸਾਰਾ ਕਨਫਿਊਜ਼ਨ ਦੂਰ ਹੋ ਕੇ ਸਾਰਾ ਸੀਨ ਕ੍ਰਿਸਟਲ ਕਲੀਅਰ ਹੋ ਜਾਊਗਾ। ਇਹ ਤਰੀਕਾ ਜ਼ਿਆਦਾਤਰ ਕਾਮਯਾਬ ਲੋਕ ਕਨਫਿਊਜ਼ਨ ਹੋਣ 'ਤੇ ਯੂਜ਼ ਕਰਦੇ ਹਨ। ਇਸ ਲਈ ਵੀਡੀਓ ਨੂੰ ਲਾਈਕ ਕਰਕੇ ਅੱਗੇ ਦੱਬ ਕੇ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਟਾਈਪ ਕਰ ਦਿਓ ਯੈਸ ਕਰੀਅਰ ਟੂਲ। ਇਸ ਤਰ੍ਹਾਂ ਦੇ ਵੀਡੀਓਜ਼ ਹੋਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦੱਬ ਦਿਓ। ਆਪਣੇ ਇਸ ਮਿਲੀਅਨ ਡਾਲਰ ਡੇ ਵਿੱਚੋਂ ਕੁਝ ਸਮਾਂ ਸਾਡੇ ਨਾਲ ਬਿਤਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਿਸ਼ ਯੂ ਵਧੀਆ ਐਂਡ ਹੈਵ ਏ ਪ੍ਰੋਡਕਟਿਵ ਡੇ।